ਨਾਂ ਨੂੰ ਵਿਦਿਆ ਪੜਾਉਣ ਵਾਸਤੇ ਕਿਹਾ ਅਗਿਓ ਪੰਡਤ ਨੇ ਆਪਣੇ ਵਿਦਵਾਨ ਵਿਦਵਤ ਬ੍ਰਾਹਮਣ ਸਮਾਜ ਦੇ ਵਿੱਚ ਜਾ ਕੇ ਮੀਟਿੰਗ ਕੀਤੀ ਉਹਨਾਂ ਵਿਦਵਾਨਾਂ ਨੇ ਮਨਾਂ ਕਰ ਦਿੱਤਾ ਕਿ ਸਤਿਗੁਰੂ ਦੇ ਦਰਬਾਰ ਦੇ ਵਿੱਚ ਹਰ ਜਾਤੀ ਦੇ ਲੋਕ ਰਹਿੰਦੇ ਹਨ ਇਹਨਾਂ ਨੂੰ ਅਸੀਂ ਵਿਦਿਆ ਨਹੀਂ ਪੜਾ ਸਕਦੇ ਜਦੋਂ ਸਤਿਗੁਰੂ ਜੀ ਨੇ ਇਹ ਵਚਨ ਸੁਣਿਆ ਤਾਂ ਸਤਿਗੁਰੂ ਜੀ ਨੇ ਅਸ਼ੀਰਵਾਦ ਦਿੱਤਾ ਗੁਰਸਿੱਖਾਂ ਨੂੰ ਕਿ ਪੰਡਤ ਜੀ ਜਿਨ੍ਹਾਂ ਨੂੰ ਤੁਸੀਂ ਅੱਜ ਵਿਦਿਆ ਪੜਾਉਣ ਤੋਂ ਨਾ ਕਰਦੇ ਹੋ ਇੱਕ ਦਿਨ ਆਵੇਗਾ ਜਦੋਂ ਤੁਸੀਂ ਇਨ੍ਹਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਵਿਦਿਆ ਗ੍ਰਹਿਣ ਕਰੋਗੇ ਅਤੇ ਫਿਰ ਪੰਜ ਸੰਤਾਂ ਨੂੰ ਵਿਦਿਆ ਦਾ ਅਧਿਐਨ ਕਰਵਾਉਣ ਲਈ ਸਾਧੂ ਦਾ ਵੇਸ਼ ਧਾਰਨ ਕਰਵਾ ਕਰਕੇ ਕਾਸ਼ੀ ਜੀ ਵਿਦਿਆ ਪੜਨ ਲਈ ਭੇਜਿਆ ਅਤੇ ਸਤਿਗੁਰਾਂ ਨੇ ਆਪਣਾ ਆਸ਼ੀਰਵਾਦ ਦਿੱਤਾ ਜਾਓ ਮੇਰੇ ਲਾਲ ਪਾਲ ਕਰਹਿ ਅਕਾਲ ਥਾਰੀ ਸਾਰੀ ਸੁਖ ਸੰਪਦਾ ਮੈਂ ਵਾਰਿਸ ਰ ਥਾਰੇ ਪੇ ਕਾਮ ਕ੍ਰੋਧ ਲੋਭ ਤਿਆਗ ਸਾਗ ਪਾਤ ਖਾਇ ਤਹਿ ਬਟਹੁ ਕੀ ਦਾਇਆ ਅਬਾ ਸੁਨੇ ਘਰ ਟਾਏਗੇ ਇਸ ਤਰ੍ਹਾਂ ਸਤਿਗੁਰੂ ਜੀ ਨੇ ਇਹਨਾਂ ਪੰਜ ਨਿਰਮਲੇ ਸੰਤਾਂ ਨੂੰ ਸੰਤ ਦਾ ਵੇਸ਼ ਧਾਰਨ ਕਰਵਾ ਕਰਕੇ ਕਾਸ਼ੀ ਜੀ ਵਿਦਿਆ ਪੜਨ ਲਈ ਭੇਜਿਆ ਸੰਤਾਂ ਦਾ ਰੂਪ ਧਾਰਨ ਕਿਉਂ ਕਰਵਾਇਆ ਕਿ ਜਦੋਂ ਕੋਈ ਮਹਾਪੁਰਸ਼ ਕੋਈ ਵਿਅਕਤੀ ਸੰਤ ਬਣ ਜਾਂਦਾ ਹੈ ਉਸ ਦਾ ਵਰਣ ਖਤਮ ਹੋ ਜਾਂਦਾ ਹੈ ਜਦੋਂ ਉਸ ਦਾ ਵਰਣ ਖਤਮ ਹੋ ਜਾਂਦਾ ਹੈ ਉਹ ਸਾਧੂ ਬਣ ਜਾਂਦਾ ਹੈ ਤਾਂ ਉਹ ਵਿਦਿਆ ਪੜਨ ਦਾ ਅਧਿਕਾਰੀ ਹੋ ਜਾਂਦਾ ਹੈ ਇਸ ਵਾਸਤੇ ਸਤਿਗੁਰਾਂ ਨੇ ਉਹਨਾਂ ਸੰਤਾਂ ਨੂੰ ਸੰਿਆਸੀ ਵੀ ਬਣਾਇਆ ਅਤੇ ਨਾਲ ਨਾਲ ਜੋ ਸੰਿਆਸੀ ਨੂੰ ਕਰਮ ਕਰਨ ਦਾ ਅਧਿਕਾਰ ਨਹੀਂ ਹੈ ਸਤਿਗੁਰਾਂ ਨੇ ਨਾਲ ਇਹ ਸੰਤਾਂ ਨੂੰ ਕਰਮ ਦਾ ਅਧਿਕਾਰ ਵੀ ਬਖਸ਼ਿਆ ਜਿਸ ਦੇ ਬਾਰੇ ਗੁਰਬਾਣੀ ਪ੍ਰਮਾਣ ਹੈ ਸਾਧਨਾਮ ਨਿਰਮਲਤਾ ਕੇ ਕਰਮ ਅਸੀਂ ਗੁਰਮਤ ਦੇ ਵਿੱਚ ਸੰਤ ਉਸ ਨੂੰ ਮੰਨਦੇ ਹਾਂ ਜਿਹਦੇ ਨਿਰਮਲ ਕਰਮ ਹੋਣ ਪਰ ਸੰਿਆਸੀ ਮਤ ਦੇ ਵਿੱਚ ਕਰਮ ਕਰਨ ਦਾ ਜਿਹੜਾ ਅਧਿਕਾਰ ਹੈ ਉਹ ਨਹੀਂ ਹੈ ਸੰਿਆਸੀ ਨੂੰ ਸੰਿਆਸੀ ਅਗ ਨੂੰ ਨਹੀਂ ਛੂ ਸਕਦਾ ਫਿਰ ਪੰਜਾਂ ਨਿਰਮਲੇ ਸੰਤਾਂ ਨੇ ਉਤੋਂ ਵਿਦਿਆ ਪ੍ਰਾਪਤ ਕਰਕੇ ਜਦੋਂ ਸਤਿਗੁਰੂ ਜੀ ਆਨੰਦਪੁਰ ਦੀ ਧਰਤੀ ਤੇ ਵਿਰਾਜਮਾਨ ਸਨ ਉਥੇ ਆ ਕੇ ਸਤਿਗੁਰਾਂ ਦੀ ਸੰਸਕ੍ਰਿਤ ਸ਼ਲੋਕਾਂ ਦੇ ਵਿੱਚ ਉਸਤਤੀ ਕੀਤੀ ਸ਼ੁੱਧਾਯ ਬੁੱਧਾਯ ਨਿਰੰਜਨਾਯ ਸੰਸਾਰ ਮਾਇਆ ਪਰਿਵਰਜਿਤਾਯ ਸੰਚਿੰਤਨਾਯ ਸਵਹਰਿਦੀ ਸਥਿਤਾਯ गोबिंद सिंघाय नमोस्तुजाय इस तरह उन निर्मले ਸੰਤਾਂ ਨੇ ਸੰਸਕ੍ਰਿਤ ਦਾ ਇੱਕ ਅਸ਼ਟਕ ਬਣਾ ਕੇ ਉਸਤਤੀ ਕੀਤੀ ਦਾਸ ਨੇ ਇਹ ਪ੍ਰਯਤਨ ਕੀਤਾ ਹੈ ਕਿ ਉਹਨਾਂ ਸੰਸਕ੍ਰਿਤ ਸ਼ਲੋਕਾਂ ਨੂੰ ਗੁਰਮੁਖੀ ਲਿਪੀ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਹੈ ਪਰ ਸੰਸਕ੍ਰਿਤ ਦੇ ਵਿੱਚ ਜ਼ਿਆਦਾਤਰ ਅਧੇ ਅक्षर ਆਉਂਦੇ ਹਨ ਜੋ ਕਿ ਪੰਜਾਬੀ ਵਿੱਚ ਘੱਟ ਮਿਲਦੇ ਹਨ ਇਸ ਵਾਸਤੇ ਪਾਠਕ ਲੋਕਾਂ ਨੂੰ ਬੇਨਤੀ ਹੈ ਕਿ ਉਹ ਇਸ ਨੂੰ ਸ਼ੁੱਧ ਕਰਕੇ ਖੁਦ ਪੜ ਲੈਣ ਸਤਿਗੁਰਾਂ ਨੇ ਜਦੋਂ ਇਹ ਨਿਰਮਲੇ ਸੰਤ ਉਥੋਂ ਵਿਦਿਆ ਅਧਿਆਨ ਕਰਕੇ ਆਏ ਇਹਨਾਂ ਨੂੰ 10 ਬਖਸ਼ੀਸ਼ਾਂ ਬਖਸ਼ੀਆਂ। ਇਸੇ ਤਰ੍ਹਾਂ ਹੀ ਉਦਾਸੀ ਸੰਪਰਦਾ ਦਾ ਵੀ ਜਿਹੜਾ ਸੰਬੰਧ ਹੈ ਉਦਾਸੀ ਸੰਪਰਦਾ ਦੇ ਵਿੱਚ 4 ਧੂਣੇ ਅਤੇ 6 ਬਖਸ਼ੀਸ਼ਾਂ ਹਨ। ਜਿਸ ਤਰ੍ਹਾਂ ਸੰਨਿਆਸੀਆਂ ਦੇ ਵਿੱਚ ਸੰਨਿਆਸੀਆਂ ਨੂੰ ਅਸੀਂ ਦਸਨਮ ਸੰਨਿਆਸੀ ਕਹਿੰਦੇ ਹਾਂ, ਇਸੇ ਤਰ੍ਹਾਂ ਹੀ ਨਿਰਮਲੇ ਸੰਤਾਂ ਨੂੰ 10 ਬਖਸ਼ੀਸ਼ਾਂ ਸਤਿਗੁਰੂ ਜੀ ਨੇ ਬਖਸ਼ੀਆਂ। ਅਤੇ ਉਦਾਸੀਆਂ ਨੂੰ ਚਾਰ ਧੂਣੇ ਅਤੇ ਛੇ ਬਖਸ਼ੀਸ਼ਾਂ ਦਿੱਤੀਆਂ ਇਸੇ ਦੇ ਨਾਲ-ਨਾਲ ਹੀ ਜੋ ਸਾਡੀ ਸੇਵਾ ਪੰਥੀ ਸੰਪਰਦਾਇ ਹੈ ਉਸ ਨੂੰ ਸਤਿਗੁਰੂ ਜੀ ਨੇ ਕਿਰਪਾ ਕਰਕੇ 10ਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਇਸ ਵਾਸਤੇ ਇਹਨਾਂ ਤਿੰਨਾਂ ਸੰਪਰਦਾਵਾਂ ਦਾ ਉਸ ਦਸ ਦੇ ਨਾਲ ਸਬੰਧ ਹੈ ਇਹ ਜੋ ਪਰਮ ਸਤਕਾਰਯੋਗ ਸੰਤ ਬਾਬਾ ਅਮੀਰ ਸਿੰਘ ਜੀ ਮਹਾਰਾਜ ਨੇ ਅਧਿਆਤਮਿਕ ਉਪਰਾਲਾ ਕੀਤਾ ਹੈ ਇਹ ਸਮਾਜ ਵਾਸਤੇ ਇੱਕ ਮਾਰਗਦਰਸ਼ਨ ਦਾ ਕੰਮ ਕਰੇਗਾ ਇਨ੍ਹਾਂ ਤਿੰਨਾਂ ਸੰਪਰਦਾਵਾਂ ਦੀ ਵਿਸ਼ਾਲਤਾ ਅਤੇ ਸਿੱਖੀ ਦੀ ਸਾਰੇ ਵਿਸ਼ੇ ਵਿੱਚ ਏਕਤਾ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਸ ਧਰਮ ਦੇ ਲੋਕ ਆਪਸ ਵਿੱਚ ਮਿਲ ਕੇ ਚੱਲਦੇ ਹਨ ਉਹ ਉਸ ਦੀ ਉਨਤੀ ਦਾ ਨਿਸ਼ਾਨ ਹੈ ਜਿਸ ਤਰ੍ਹਾਂ ਹੱਥ ਨੱਕ ਕੰਨ ਪੈਰ ਅਨੇਕ ਹੁੰਦਿਆਂ ਵੀ ਸਰੀਰ ਇੱਕ ਹੈ ਇਸੇ ਤਰ੍ਹਾਂ ਅਸੀਂ ਵੀ ਇਹ ਗੁਰਮਤ ਦੇ ਧਾਰਨੀ ਹੀ ਹਾਂ ਭਾਵੇਂ ਸ਼੍ਰੋਮਣੀ ਕਮੇਟੀ ਉਦਾਸੀ ਨਿਰਮਲੇ ਸੇਵਾ ਪੰਥੀ ਆਦੀ ਆਦੀ ਇੱਕ ਪਿਤਾ ਇੱਕ ਸਗੇ ਹਾਂ ਬਾਰਕ ਅਸੀਂ ਸਾਰੇ ਇੱਕ ਹੀ ਹਾਂ ਬਾਰੋਂ ਦੇਖਣ ਨੂੰ ਲੱਗਦਾ ਹੈ ਕਿ ਵੱਖਰੀਆਂ ਵੱਖਰੀਆਂ ਹਨ ਪਰ ਅੰਦਰੋਂ ਇੱਕ ਹੀ ਹਾਂ ਕਿਉਂਕਿ ਅਸੀਂ ਸਾਰੇ ਹੀ ਗੁਰਮਤ ਦੇ ਧਾਰਨੀ ਹਾਂ ਅਤੇ ਗੁਰਮਤ ਦੇ ਪ੍ਰਚਾਰਕ ਹਾਂ ਆਪਣੀ ਆਪਣੀ ਮਰਿਆਦਾ ਅਨੁਸਾਰ ਸਾਰੇ ਆਪੋ ਆਪਣੀ ਸੇਵਾ ਦੇ ਵਿੱਚ ਲੱਗੇ ਹੋਏ ਹਨ ਅਤੇ ਇਹਨਾਂ ਤਿੰਨਾਂ ਤਿੰਨਾਂ ਸੰਪਰਦਾਵਾਂ ਦੇ ਸੰਤਾਂ ਨੂੰ ਅਨੇਕ ਅਸ਼ੀਰਵਾਦ ਸਤਿਗੁਰਾਂ ਨੇ ਦਿੱਤੇ ਹਨ ਇਹ ਤਿੰਨੇ ਹੀ ਸੰਪਰਦਾਵਾਂ ਤਿੰਨ ਹੁੰਦਿਆਂ ਵੀ ਇੱਕ ਹਨ ਕਿਉਂਕਿ ਇਸ ਦਾ ਮੁੱਖ ਉਦੇਸ਼ ਗੁਰਮਤ ਦਾ ਪ੍ਰਚਾਰ ਅਤੇ ਇਹਨਾਂ ਤਿੰਨਾਂ ਦੀ ਏਕਤਾ ਦੇ ਬਾਰੇ ਡਾਕਟਰ ਸ਼ੋਭਾ ਪ੍ਰਾਸ਼ਰ ਨੇ ਬਹੁਤ ਸੁੰਦਰ ਲਿਖਿਆ ਹੈ ਉਦਾਸੀ ਸਾਹਿਤਿਆ ਦੀ ਉਦਾਸੀ ਸੰਪਰਦਾਏ ਦੀ ਹਿੰਦੀ ਸਾਹਿਤਿਆ ਦੇ ਵਿੱਚ ਡਾਕਟਰ ਸਾਹਿਬ ਲਿਖਦੇ ਹਨ ਕਿ ਉਦਾਸੀ ਮਤ ਸੇਵਾ ਪੰਥੀ tatha ਨਿਰਮਲ ਸੰਪਰਦਾਏ ਦੇ ਕਲੇਵਰ ਭਲੇ ਹੀ ਪਿੰਨ-ਪਿੰਨ ਹੋਣ ਕਿੰਤੂ ਆਤਮਾ ਇੱਕ ਹੀ ਹੈ जिसमें गुरु नानक की मान्यताओं का प्रतिबिंब स्पष्ट लक्षित होता है वास्तव में यह त्रिवेणी नानक मत सागर दी उस शीतलता को वहन किए हैं जिसने अपने समकालीन व मनुष्य को दूर करने का तो स्तुतया प्रयास किया ही आज भी इनके मत का साहित्य एक आदर्श मार्गदर्शक के रूप में प्रतिष्ठित किए जाने से सर्वथा योग्य है ਗੁਰਮਤ ਦਾ ਪ੍ਰਚਾਰ ਪ੍ਰਸਾਰ ਸ਼ਾਸਤਰ ਵਿਦਿਆ ਅਤੇ ਗੁਰਮਤ ਵਿਦਿਆ ਪੜਨ ਪੜਾਉਣ ਦੀ ਸੇਵਾ ਇਨ੍ਹਾਂ ਤਿੰਨ ਸੰਪਰਦਾਇ ਤਰੇ ਨੂੰ ਬਖਸ਼ੀ ਅਤੇ ਆਗਿਆ ਕੀਤੀ ਤੁਸੀਂ ਜਗਾ ਜਗਾ ਜਾ ਕੇ ਗੁਰਮਤ ਵਿਦਿਆ ਦੁਆਰਾ ਪ੍ਰਚਾਰ ਪ੍ਰਸਾਰ ਕਰੋ ਜਦੋਂ ਅਸੀਂ 18ਵੀਂ ਅਤੇ 19ਵੀਂ ਸਦੀ ਦੇ ਵਿੱਚ ਇਨ੍ਹਾਂ ਸੰਪਰਦਾਇ ਤਰੇ ਦੀ ਕਲਨਾ ਦੇਖਦੇ ਹਾਂ ਕਿ ਗੁਰਮਤ ਦਾ ਪ੍ਰਚਾਰ ਕਰਨ ਲਈ ਇਨ੍ਹਾਂ ਨੇ ਕਿੰਨੇ ਕਿੰਨੇ ਕਠਿਨ ਸਾਧਨ ਅਪਣਾਏ ਹਨ ਗੁਰਮੁਖੀ ਭਾਸ਼ਾ ਵੀ ਨਵੀਂ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੀਆਂ ਭਾਸ਼ਾ ਸੰਸਕ੍ਰਿਤ ਫਾਰਸੀ ਅਰਬੀ ਉਰਦੂ ਦੇ ਗ੍ਰੰਥ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰ ਚੁਕੇ ਸਨ ਪਹਿਲਾਂ ਉਹਨਾਂ ਗ੍ਰੰਥਾਂ ਦਾ ਅਤੇ ਭਾਸ਼ਾ ਦਾ ਅਧਿਐਨ ਕਰਕੇ ਉਹਨਾਂ ਨਾਲ ਗੁਰਮਤ ਦਾ ਸੁਮਨਵੇ ਕਰਕੇ ਪ੍ਰਚਾਰ ਕਰਨਾ ਉਸ ਸਮੇਂ ਵਿੱਚ ਅੱਜ ਵਰਗੇ ਸਾਧਨ ਨਹੀਂ ਸਨ ਅਤੇ ਨਾ ਹੀ ਪ੍ਰਸਾਦੀ ਦਾ ਸਾਧਨ ਉਪਲਬਧ ਸੀ ਆਪਣੇ ਹੱਥਾਂ ਦੇ ਨਾਲ ਗੁਟਕੇ ਪੋਥੀਆਂ ਕੋਸ਼ ਗ੍ਰੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕਰਕੇ ਲੋਕਾਂ ਨੂੰ ਪੜ੍ਹਾਣੇ ਅਤੇ ਵੰਡਣੇ ਪਹਿਲਾਂ ਉਹਨਾਂ ਲੋਕਾਂ ਨੂੰ ਗੁਰਮਤਿ ਦੀ ਮਹਾਨਤਾ ਦੱਸ ਕਰਕੇ ਗੁਰਮੁਖੀ ਪੜ੍ਹ ਪੜ੍ਹਨੀ ਸਿਖਾਉਣੀ ਫਿਰ ਗੁਰਮਤਿ ਦੇ ਗ੍ਰੰਥ ਆਪਣੇ ਹੱਥੀਂ ਲਿਖ ਕਰਕੇ ਉਹਨਾਂ ਨੂੰ ਵੰਡਣੇ ਉਸ ਸਮੇਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਇਹਨਾਂ ਤਿੰਨਾਂ ਸੰਪਰਦਾਵਾਂ ਨੇ ਪ੍ਰਚਾਰ ਦਾ ਅਨੋਖਾ ਟੰਗ ਅਪਣਾਇਆ ਜਦੋਂ ਲੋਕਾਂ ਦੇ ਘਰਾਂ ਵਿੱਚ ਭिक्षा ਕਰਨ ਜਾਂਦੇ ਸਨ ਗਜਾ ਕਰਨ ਜਾਂਦੇ ਸਨ ਤਾਂ ਮਾਈਆਂ ਨੂੰ ਇੱਕ ਇੱਕ ਪੰਕਤੀ ਰੋਜ਼ਾਨਾ ਜਗਜੀਤ ਸਿੰਘ ਸਾਹਿਬ ਸੁਖਣੀ ਸਾਹਿਬ ਦੀ ਦੱਸ ਕੇ ਆਉਂਦੇ ਸਨ ਤਾਂ ਮਾਈਆਂ ਉਸ ਨੂੰ ਸਾਰਾ ਦਿਨ ਯਾਦ ਕਰਦੀਆਂ ਸਨ ਅਗਲੇ ਦਿਨ ਜਦੋਂ ਭिक्षा ਨੂੰ ਜਾਂਦੇ ਸਨ ਤਾਂ ਪਹਿਲੀ ਪੰਕਤੀ ਸੁਣ ਕਰਕੇ ਫਿਰ ਅਗਲੇ ਦਿਨ ਦੂਸਰੀ ਪੰਕਤੀ ਦੱਸ ਆਉਂਦੇ ਸਨ ਇਸ ਤਰ੍ਹਾਂ ਸੰਗਤਾਂ ਨੂੰ ਜਗਜੀਤ ਸਾਹਿਬ ਸੁਖਣੀ ਸਾਹਿਬ ਰਹਿਰਾਸ ਨਿਤ ਨਿਮ ਦੀਆਂ ਸਾਰੀਆਂ ਬਾਣੀਆਂ ਯਾਦ ਕਰਵਾ ਦਿੰਦੇ ਸਨ ਫਿਰ ਅੰਮ੍ਰਿਤ ਦੀ ਪ੍ਰੇਰਣਾ ਦੇ ਕਰਕੇ ਅੰਮ੍ਰਿਤ ਪਾਨ ਕਰਵਾ ਕੇ ਗੁਰਸਿੱਖ ਬਣਾ ਦਿੰਦੇ ਸਨ ਫਿਰ ਅਗਲੇ ਪਿੰਡਾਂ ਦੇ ਵਿੱਚ ਚਲੇ ਜਾਂਦੇ ਸਨ ਘਰ ਘਰ ਦੇ ਵਿੱਚ ਜਾ ਕੇ ਲੋਕਾਂ ਨੂੰ ਗੁਰੂ ਦੀਆਂ ਸਾਖੀਆਂ ਸੁਣਾਉਣੀਆਂ ਉਸ ਸਮੇਂ ਪ੍ਰਚਾਰ ਦਾ ਢੰਗ ਅੱਜ ਵਾਂਗੂ ਨਹੀਂ ਸੀ ਕਿ ਅਸੀਂ ਇੱਕ ਚੈਨਲ ਤੇ ਕਥਾ ਕਰੀਏ ਤਾਂ ਉਹ ਸਾਰੇ ਵਿਸ਼ਵ ਦੇ ਵਿੱਚ ਸੁਣੀ ਜਾ ਸਕੇ ਪਰ ਉਦੋਂ ਇੱਕ ਇੱਕ ਘਰ ਦੇ ਵਿੱਚ ਜਾ ਕਰਕੇ ਪ੍ਰਚਾਰ ਕਰਨਾ ਪੈਂਦਾ ਸੀ ਇੱਕ ਇੱਕ ਘਰ ਦੇ ਵਿੱਚ ਵੀ ਜਾ ਕਰਕੇ ਲੋਕਾਂ ਨੂੰ ਪ੍ਰੇਰਣਾ ਕਰਨੀ ਪੈਂਦੀ ਸੀ ਭਾਈ ਗੁਰਸਿੱਖੀ ਵਾਸਤੇ ਘਰ ਵਿੱਚੋਂ ਇੱਕ ਇੱਕ ਬੱਚਾ ਸਾਰੇ ਦਿਓ ਉਸ ਨੂੰ ਕੇਸਾ ਧਾਰੀ ਬਣਾਉਣਾ ਅਤੇ ਗੁਰਮਤਿ ਦਾ ਉਪਦੇਸ਼ ਦੇਣਾ ਫਿਰ ਕੁਝ ਸਮਾਂ ਬਦਲਿਆ ਇਨ੍ਹਾਂ ਸੰਤਾਂ ਨੇ ਆਪਣੀਆਂ ਰਮਤਾ ਜਮਾਤਾਂ ਸ਼ੁਰੂ ਕੀਤੀਆਂ ਇੱਕ ਜਥੇ ਦੇ ਰੂਪ ਵਿੱਚ ਚੱਲ ਕਰਕੇ ਉਸ ਜਥੇ ਦੇ ਅਨੁਸਾਰ ਇੱਕ ਜਗ੍ਹਾ ਮਹੀਨਾ-ਮੀਨਾ ਦੋ-ਦੋ ਮਹੀਨੇ ਰਹਿ ਕਰਕੇ ਇਨ੍ਹਾਂ ਸੰਤਾਂ ਨੇ ਪ੍ਰਚਾਰ ਕੀਤਾ ਉਸ ਜਗ੍ਹਾ ਤੇ ਏਕ-ਏਕ ਦੋ-ਦੋ ਮਹੀਨਾ ਪ੍ਰਚਾਰ ਕਰਕੇ ਸੰਤਾਂ ਨੂੰ ਗੁਰਮਤਿ ਦੇ ਨਾਲ ਜੋੜ ਕੇ ਗੁਰਸਿੱਖੀ ਦੇ ਧਾਰਨੀ ਬਣਾ ਕਰਕੇ ਫਿਰ ਅੱਗੇ ਚੱਲ ਪੈਂਦੇ ਸਨ ਇਸੇ ਤਰ੍ਹਾਂ ਇਨ੍ਹਾਂ ਸੰਤਾਂ ਦੇ ਉਸ ਸਮੇਂ ਜਿਹੜੀਆਂ ਮੁਸ਼ਕਲਾਂ ਸਾਹਮਣੇ ਆਈਆਂ ਕਿ ਜਿਹੜੇ ਅੰਨੇ ਮਤਾਂ ਦੇ ਵਿਦਵਾਨ ਸੀ ਉਹ ਜਗ੍ਹਾ-ਜਗ੍ਹਾ ਆ ਕੇ ਖੜੇ ਹੋ ਜਾਂਦੇ ਸਨ ਕਿ ਤੁਹਾਡਾ ਜਿਹੜਾ ਮਤ ਹੈ ਉਹ ਸਹੀ ਨਹੀਂ ਫਿਰ ਇਨ੍ਹਾਂ ਸੰਤਾਂ ਨੇ ਉਹਨਾਂ ਦੇ ਸਿਧਾਂਤ ਨੂੰ ਪਹਿਲਾਂ ਚੰਗੀ ਤਰ੍ਹਾਂ ਪੜ੍ਹ ਕਰਕੇ ਸਮਝ ਕਰਕੇ ਫਿਰ ਉਹਨਾਂ ਦੇ ਜਿਹੜੇ ਸਿਧਾਂਤ ਸੀ ਉਹਨਾਂ ਨੂੰ ਗੁਰਮਤ ਦੇ ਨਾਲ ਸਮਾਨਵੇਂ ਕਰਕੇ ਫਿਰ ਉਸ ਦਾ ਖੰਡਨ ਕਰਕੇ ਉਹਨਾਂ ਲੋਕਾਂ ਦੇ ਮੂੰਹ ਬੰਦ ਕੀਤੇ ਅਤੇ ਉਹਨਾਂ ਲੋਕਾਂ ਨੂੰ ਗੁਰਮਤ ਦੇ ਨਾਲ ਜੋੜਿਆ ਗੁਰਮਤ ਦੇ ਨਾਲ ਸਹਿਮਤ ਕਰਵਾਇਆ ਕਿ ਜੋ ਸਿਧਾਂਤ ਗੁਰੂ ਨਾਨਕ ਦਾ ਹੈ ਉਹੀ ਪਰਾਚੀਨ ਤੋਂ ਚੱਲਿਆ ਆ ਰਿਹਾ ਹੈ ਗੁਰੂ ਮਹਾਰਾਜ ਨੇ ਸਾਨੂੰ ਉਸ ਏਕਤਾ ਦੇ ਬਾਰੇ ਇੱਕ ਪਰਮੇਸ਼ਰ ਦੇ ਬਾਰੇ ਗਿਆਨ ਬਖਸ਼ਿਆ ਹੈ ਇਸ ਤਰ੍ਹਾਂ ਇਨ੍ਹਾਂ ਸੰਤਾਂ ਨੇ ਆਪਣੇ ਜੀਵਨ ਦੇ ਵਿੱਚ ਅਨੇਕ ਪ੍ਰਕਾਰ ਦੀਆਂ ਕਠਿਨਾਵਾਂ ਸਹਿਣ ਕਰਦੇ ਹੋਏ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕੀਤਾ ਫਿਰ ਮੰਡਲੀਆਂ ਤੋਂ ਬਾਅਦ ਇਨ੍ਹਾਂ ਮਹਾਪੁਰਸ਼ਾਂ ਨੇ ਆਪਣੇ ਹੌਲੀ-ਹੌਲੀ ਸਥਾਨ ਬਣਾਉਣੇ ਤਿਆਰ ਕਰ ਦਿੱਤੇ ਆਪਣੇ ਸਥਾਨਾਂ ਦੇ ਵਿੱਚ ਜਿਹੜੇ ਬਿਰਧ ਮਹਾਪੁਰਸ਼ ਸਨ ਮੰਡਲੀਆਂ ਦੇ ਵਿੱਚ ਨਹੀਂ ਸੀ ਚੱਲ ਸਕਦੇ ਉਹ ਮਹਾਪੁਰਸ਼ ਇੱਕ ਜਗ੍ਹਾ ਬੈਠ ਕਰਕੇ ਉੱਥੇ ਆ ਜਿਹੜੇ ਆਲੇ-ਦੁਆਲੇ ਪਿੰਡਾਂ ਦੀਆਂ ਸੰਗਤਾਂ ਸਨ ਉਹਨਾਂ ਨੂੰ ਗੁਰਮਤਿ ਦਾ ਜਿਹੜਾ ਗਿਆਨ ਸੀ ਉਹ ਦਿੰਦੇ ਸਨ ਗੁਰਸਿੱਖੀ ਦੇ ਨਾਲ ਜੋੜਦੇ ਸਨ ਇਸੇ ਤਰ੍ਹਾਂ ਇਹਨਾਂ ਸੰਪਰਦਾਇ ਤ੍ਰੈ ਦਾ ਰਾਗ ਵਿਦਿਆ ਦੇ ਵਿੱਚ ਵੀ ਬਹੁਤ ਮਹਾਨ ਯੋਗਦਾਨ ਹੈ ਕਲਯੁਗ ਮਹਿ ਕੀਰਤਨ ਪ੍ਰਦਾਨਾ ਗੁਰਮੁਖ ਜਪੀਏ ਲਾਇ ਧਿਆਨਾ ਸੰਗੀਤ ਸ੍ਰਿਸ਼ਟੀ ਦੇ ਆਦੀ ਤੋਂ ਹੀ ਵਿਦਵਤਾ ਅਤੇ ਭਗਤੀ ਦਾ ਵਿਸ਼ੇਸ਼ ਅੰਗ ਰਿਹਾ ਹੈ ਜਦੋਂ ਨਾਰਦ ਨੂੰ ਪ੍ਰਮਾਤਮਾ ਨੇ ਦਰਸ਼ਨ ਦਿੱਤੇ ਤਾਂ ਹਰ ਸਮੇਂ ਦਰਸ਼ਨ ਦੇਣ ਦਾ ਅਸ਼ੀਰਵਾਦ ਦਿੱਤਾ ਨਾਰਦ ਨੇ ਪੁੱਛਿਆ ਤੁਸੀਂ ਕਿੱਥੇ ਨਿਵਾਸ ਕਰਦੇ ਹੋ ਤਾਂ ਪਰਮਾਤਮਾ ਨੇ ਅੱਗੇ ਉਹ ਨਾਰਦ ਨੂੰ ਦੱਸਿਆ ਕਿ ਮੈਂ ਕਿੱਥੇ ਨਿਵਾਸ ਕਰਦਾ ਹਾਂ ਨਾ ਹਮ ਵਸਾਮੀ ਵੈਕੁੰਠੇ ਜੋਗੀ ਨਾ ਮਾਨਸੇ ਨਾ ਵਾ ਮਦ ਭਗਤਾ ਯਤਰ ਗਾਇੰਤੀ ਤਤਰ ਤਤਰ ਤਿਸ਼ਟਾਮੀ ਨਾਰਦਾ ਭਗਵਾਨ ਨੇ ਨਾਰਦ ਨੂੰ ਦੱਸਿਆ ਕਿ ਲੋਕੀ ਕਹਿੰਦੇ ਮੈਂ ਬੇਕੁੰਠ ਦੇ ਵਿੱਚ ਵਸਦਾ ਹਾਂ ਮੈਂ ਬੇਕੁੰਠ ਦੇ ਵਿੱਚ ਵਾਸ ਨਹੀਂ ਰੱਖਦਾ ਜ਼ਿਆਦਾਤਰ ਲੋਕਾਂ ਦੀ ਧਾਰਨਾ ਹੈ ਕਿ ਜੋਗੀਆਂ ਦੇ ਹਿਰਦੇ ਵਿੱਚ ਵਸਦਾ ਹੈ ਮੈਂ ਉੱਥੇ ਵੀ ਨਹੀਂ ਵਸਦਾ ਮੇਰਾ ਨਿਵਾਸ ਉਥੇ ਹੈ ਜਿੱਥੇ ਮੇਰੇ ਭਗਤ ਬੈਠ ਕਰਕੇ ਮੇਰਾ ਕੀਰਤਨ ਕਰਦੇ ਹਨ ਸਿਮਰਨ ਕਰਦੇ ਹਨ ਸਾਧਨ ਕਰਦੇ ਹਨ ਮੈਂ ਉਸ ਕੀਰਤਨ ਦੇ ਵਿੱਚ ਨਿਵਾਸ ਕਰਦਾ ਹਾਂ ਸਤਿਗੁਰਾਂ ਨੇ ਸਾਰੀ ਗੁਰਬਾਣੀ ਨੂੰ ਰਾਗਾਂ ਦੇ ਵਿੱਚ ਉਚਾਰਨ ਕੀਤਾ ਹੈ ਕਲਯੁਗ ਵਿੱਚ ਕੀਰਤਨ ਨੂੰ ਉਸ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਦਾ ਮੁੱਖ ਸਾਧਨ ਦੱਸਿਆ ਹੈ ਇਸੇ ਤਰ੍ਹਾਂ ਨਵਤਾ ਭਗਤੀ ਦੇ ਵਿੱਚ ਜਦੋਂ ਨੌ ਪ੍ਰਕਾਰ ਦੀ ਭਗਤੀ ਦਾ ਵਰਣ ਕੀਤਾ ਹੈ ਉਸ ਦੇ ਵਿੱਚੋਂ ਇੱਕ ਕੀਰਤਨ ਭਗਤੀ ਹੈ ਜਦੋਂ ਅਸੀਂ ਪ੍ਰਾਣੇ ਸੰਤਾ ਮਹਾਤਮਾਾਂਵਾਂ ਭਗਤਾਂ ਦੇ ਜੀਵਨ ਦੇਖਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਜ਼ਿਆਦਾਤਰ ਭਗਤਾਂ ਨੇ ਉਸ ਪ੍ਰਮਾਤਮਾ ਦੇ ਰੰਗ ਵਿੱਚ ਰੰਗ ਕਰਕੇ ਕੀਰਤਨ ਭਗਤੀ ਕੀਤੀ ਹੈ ਜਿਸ ਤਰ੍ਹਾਂ ਭਗਤ ਨਾਮਦੇਵ ਜੀ ਔਂਡਾ 나ਖ ਮੰਦਰ ਦੇ ਔਂਡਾ ਨਾਗਨਾਥ ਮੰਦਰ ਦੇ ਵਿੱਚ ਕੀਰਤਨ ਕਰਨ ਲਈ ਗਏ ਪੁਜਾਰੀਆਂ ਪੰਡਤਾਂ ਨੇ ਕਿਹਾ ਮੰਦਰ ਦੇ ਪਿਛਲੇ ਪਾਸੇ ਜਾ ਕਰਕੇ ਕੀਰਤਨ ਕਰੋ ਸਾਡੇ ਕੰਨ ਨਾ ਖਾਓ ਜਦੋਂ ਭਗਤ ਨਾਮਦੇਵ ਜੀ ਆਪਣੀ ਕੀਰਤ ਮੰਡਣੀ ਨੂੰ ਲੈ ਕਰਕੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬੈਠ ਗਏ ਕੀਰਤਨ ਕਰਨ ਲੱਗ ਪਏ ਤਾਂ ਕਹਿੰਦੇ ਜਿਹੜਾ ਉਹ ਮੰਦਰ ਸੀ ਉਸ ਦਾ ਦਰਵਾਜ਼ਾ ਘੁੰਮ ਕਰਕੇ ਨਾਮਦੇਵ ਜੀ ਵੱਲ ਹੋ ਗਿਆ ਫੇਰ ਦੀਆ ਦੇਹਰਾ ਨਾਮੇ ਕੋ ਪੰਡਿਆਂ ਕੋ ਪਿਛਵਾਰ ਲਾ ਇਸ ਤਰ੍ਹਾਂ ਜਦੋਂ ਅਸੀਂ ਮੀਰਾ ਸੂਰਦਾਸ ਪ੍ਰਹਿਲਾਦ ਆਦੀ ਭਗਤਾਂ ਦੇ ਜੀਵਨ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੇ ਆਪਣੇ ਸਾਧਨ ਦਾ ਮੁੱਖ ਅੰਗ ਕੀਰਤਨ ਨੂੰ ਮੰਨਿਆ ਹੈ ਇਹ ਇੱਕ ਉਹ ਕੀਰਤਨ ਭਗਤੀ ਹੈ ਜਿਹੜੀ ਭਗਤ ਤੇ ਭਗਵਾਨ ਨੂੰ ਭਗਤ ਦੇ ਸਾਹਮਣੇ ਭਗਵਾਨ ਨੂੰ ਖੜੀਆਂ ਕਰ ਦਿੰਦੀ ਹੈ ਜਦੋਂ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਬਾਣੀ ਉਚਾਰਨ ਦੇ ਪ੍ਰਸੰਗ ਨੂੰ ਦੇਖਦੇ ਹਾਂ ਤਾਂ ਭਗਤਾ ਲੱਗਦਾ ਹੈ ਕਿ ਸਤਿਗੁਰਾਂ ਨੇ ਕਿਹਾ ਮਰਦਾਨੀਆਂ ਰਬਾਬ ਛੇੜ ਖਸਮ ਦੀ ਬਾਣੀ ਆਈ ਹੈ ਧੁਰ ਦੀ ਬਾਣੀ ਆਈ ਹੈ ਇਸ ਪ੍ਰਕਾਰ ਗੁਰਮਤ ਦੇ ਵਿੱਚ ਗੁਰੂ ਦਰਬਾਰ ਦੇ ਵਿੱਚ ਕੀਰਤਨ ਦੀ ਬੇਸ਼ ਵਿਸ਼ੇਸ਼ ਮਹੱਤਤਾ ਹੈ ਗੁਰੂ ਕਾਲ ਦੇ ਵਿੱਚ ਗੁਰੂ ਦਰਬਾਰ ਦੇ ਵਿੱਚ ਨਿਤਾ ਪ੍ਰਤੀ ਕੀਰਤਨ ਹੁੰਦਾ ਰਿਹਾ ਸੀ ਹੁਣ ਵੀ ਹੋ ਰਿਹਾ ਹੈ ਜਿਸ ਤਰ੍ਹਾਂ ਸੱਤਾ ਬਲਵੰਡਾ ਆਦੀ ਰਾਗੀਆਂ ਹੋਣਾ ਦਾ ਹੋਣ ਦਾ ਪ੍ਰਸਿੱਧ ਹੈ ਗੁਰਮਤ ਦੇ ਵਿੱਚ ਜਿੱਥੇ ਗੁਰਬਾਣੀ ਇਤਿਹਾਸ ਭਾਸ਼ਾ ਗ੍ਰੰਥ ਸੰਸਕ੍ਰਿਤ ਵਿਦਿਆ ਪੜਾਈ ਜਾਂਦੀ ਹੈ ਉੱਥੇ ਵਿਸ਼ੇਸ਼ ਕਰਕੇ ਸੰਗੀਤ ਵੀ ਸਿਖਾਈ ਜਾਂਦਾ ਹੈ ਇਨ੍ਹਾਂ ਸੰਪਰ ਤਿੰਨਾ ਸੰਪਰਦਾਵਾਂ ਦੇ ਡੇਰੀਆਂ ਆਸ਼ਰਮਾਂ ਟਕਸਾਲਾਂ ਕੁਟੀਆਂ ਵਿੱਚ ਕੀਰਤਨ ਗਾਇਨ ਕੀਤਾ ਜਾਂਦਾ ਕੀਤਾ ਜਾਂਦਾ ਹੈ ਤੇ ਸਿਖਾਇਆ ਜਾਂਦਾ ਹੈ ਜਿਸ ਦੀ ਉਦਾਹਰਣ ਸਾਡੇ ਸਾਹਮਣੇ ਇਹ ਜਵਦੀ ਕਲਾ ਹੈ ਜਿਸ ਜਗ੍ਹਾ ਤੇ ਅੱਜ ਅਸੀਂ ਗੁਰਮਤਿ ਵਿਚਾਰਾਂ ਕਰਨ ਲਈ ਇਕੱਤਰ ਹੋਏ ਹਾਂ ਕਹਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਜਦੋਂ ਅਸੀਂ ਸੰਤ ਬਾਬਾ ਸੋਚਾ ਸਿੰਘ ਜੀ ਦੇ ਜੀਵਨ ਵੱਲ ਝਾਤੀ ਮਾਰਦੇ ਹਾਂ ਉਹਨਾਂ ਨੇ ਆਪਣਾ ਸਾਰਾ ਜੀਵਨ ਹੀ ਗੁਰਮਤਿ ਸੰਗੀਤ ਨੂੰ ਸਮਰਪਣ ਕੀਤਾ ਉਹਨਾਂ ਕੀਰਤਨ ਨੂੰ ਰਾਗਾਂ ਦੇ ਵਿੱਚ ਗਾਇਨ ਕਰਨ ਦਾ ਵਿਸ਼ੇਸ਼ પ્રયਤਨ ਕੀਤਾ ਇਸ ਤਕਸਾਲ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਤਕਸਾਲ ਨੇ ਸੰਗੀਤ ਵਿਦਿਆ ਨੂੰ ਗੁਰਮਤ ਦੇ ਆਸ਼ੀਅ ਅਨੁਸਾਰ ਪ੍ਰਚਾਰ ਪ੍ਰਸਾਰ ਕਰ ਰਹੇ ਹਨ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਆਪਣੇ ਜੀਵਨ ਦੇ ਵਿੱਚ अनेका ਹੀ ਰਾ ਕੀਰਤਨ ਦਰਬਾਰ ਕਰਵਾਏ ਜਿਸ ਦੇ ਵਿੱਚ ਰਾਗਾਂ ਦੇ ਮਾਹਰ ਉਸਤਾਦਾਂ ਨੂੰ ਆਮੰਤ੍ਰਿਤ ਕਰਕੇ ਰਾ ਕੀਰਤਨ ਦੇ ਵਿੱਚ ਵਿਸ਼ੇਸ਼ਤਾ ਵਿਸ਼ੇਸ਼ ਬੜੌਤਰੀ ਕੀਤੀ ਰਾਗ ਵਿਦਿਆ ਦੇ ਉਸਤਾਦਾਂ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਅਤੇ ਸਹੀ ਦਿਸ਼ਾ ਦੇਣ ਲਈ ਅਨੇਕ ਪ੍ਰਯਤਨ ਕੀਤੇ ਉਹਨਾਂ ਆਪਣਾ ਸਾਰਾ ਜੀਵਨ ਹੀ ਰਾਗ ਵਿਦਿਆ ਨੂੰ ਸਮਰਪਨ ਕੀਤਾ ਤੇ ਉਹਨਾਂ ਦਾ ਹੀ ਰੂਪ ਸਾਡੇ ਵਿੱਚ ਵਿਰਾਜਮਾਨ ਹਨ ਸਤਿਕਾਰਯੋਗ ਸੰਤ ਬਾਬਾ ਅਮੀਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਪੂਰਵ ਮਹਾਪੁਰਸ਼ਾਂ ਦੀ ਤਰ੍ਹਾਂ ਇਸ ਜਵਦੀ ਕਲਾ ਟਕਸਾਲ ਨੂੰ ਹੋਰ ਚਾਰ ਚੰਨ ਲਾਏ ਹਨ ਜਿਨ੍ਹਾਂ ਦਾ ਹਰ ਸਮੇਂ ਪ੍ਰਇਤਰ ਰਹਿੰਦਾ ਹੈ ਹਰ ਵਿਦਿਆਰਥੀ ਰਾਗੀ ਕੀਰਤਨ ਨੂੰ ਕਲਾਸੀਕਲ ਰਾਗਾਂ ਦੇ ਵਿੱਚ ਗਾਇਨ ਕਰੇ ਜਿਸ ਵਾਸਤੇ ਸਮੇਂ-ਸਮੇਂ ਤੇ ਅਨੇਕ ਪ੍ਰਯਤਨ ਕਰਦੇ ਹਨ ਇਸੇ ਤਰ੍ਹਾਂ ਜਦੋਂ ਅਸੀਂ ਇਨ੍ਹਾਂ ਮਹਾਪੁਰਸ਼ਾਂ ਦੇ ਕੀਰਤਨ ਦੀ ਸੇਵਾ ਦੇਖਦੇ ਹਾਂ ਪਰਮ ਸਤਕਾਰਯੋਗ ਸੰਤ ਬਾਬਾ ਸ਼ਾਮ ਸਿੰਘ ਜੀ ਮਾਰੇ ਆਟਾ ਮੰਡੀ ਅੰਮ੍ਰਿਤਸਰ ਵਾਲਿਆਂ ਨੇ 70 ਸਾਲ ਲਗਾਤਾਰ ਸ੍ਰੀ ਦਰਬਾਰ ਸਾਹਿਬ ਕੀਰਤਨ ਕੀਤਾ ਇਸੇ ਤਰ੍ਹਾਂ ਹੀ ਸੰਤ ਬਾਬਾ ਮਿਸ਼ਰਾ ਸਿੰਘ ਜੀ ਨੇ 50 ਸਾਲ ਇਸੇ ਤਰ੍ਹਾਂ अनेਕਾਂ ਹੀ ਮਹਾਪੁਰਸ਼ਾਂ ਨੇ अनेका अनेका ਸਾਲ ਕੀਰਤਨ ਕੀਤਾ ਫਰੀ ਕਿਸੇ ਤੋਂ ਆਪਣੇ ਪੈਸੇ ਦੀ ਉਮੀਦ ਨਹੀਂ ਰੱਖੀ ਕੇਵਲ ਉਹਨਾਂ ਦਾ ਨਿਸ਼ਾਨਾ ਸੀ ਗੁਰੂ ਦਾ ਜਸ ਕਰਨ ਦਾ ਇਸੇ ਤਰ੍ਹਾਂ ਹੀ ਸਾਰੇ ਮਹਾਪੁਰਸ਼ ਸੰਤ ਬਾਬਾ ਜੋਤ ਸਿੰਘ ਜੀ ਮਹਾਰਾਜ ਸੰਤ ਬਾਬਾ ਤੇਜਾ ਸਿੰਘ ਜੀ ਖੁੱਡੇ ਵਾਲੇ ਸੰਤ ਬਾਬਾ ਗੁਰਬਚਨ ਸਿੰਘ ਜੀ ਪਠਲਾਵੇ ਵਾਲੇ ਸੰਤ ਬਾਬਾ ਪ੍ਰੀਤਮ ਸਿੰਘ ਜੀ ਡਮੇਲੀ ਵਾਲੇ ਸਾਰੇ ਹੀ ਮਹਾਪੁਰਸ਼ ਕੀਰਤਨ ਵਿਦਿਆਲੇ ਦੁਆਰਾ ਗੁਰਮਤ ਦਾ ਮਹਾਨ ਪ੍ਰਚਾਰ ਪ੍ਰਸਾਰ ਕਰ ਰਹੇ ਹਨ ਇਸੇ ਤਰ੍ਹਾਂ ਹੀ ਇਨ੍ਹਾਂ ਮਹਾਪੁਰਸ਼ਾਂ ਨੇ ਕਥਾ ਦੇ ਵਿੱਚ ਵੀ ਮਹਾਨ ਗੁਰਮਤ ਦਾ ਪ੍ਰਚਾਰ ਕੀਤਾ ਹੈ ਸੰਤ ਸਭਾ ਗੁਣ ਗਿਆਨ ਵਿਚਾਰ ਕਥਾ ਦਾ ਅਰਥ ਹੈ ਕਿ ਪ੍ਰਮਾਤਮਣੀ ਅਕਾਲ ਪੁਰਖੇ ਸਥਾਪੇ ਅਤੀ ਨਿਯੋਜੇ ਅਤੀ ਮੇਲ ਯਤੀ ਇਤੀ ਕਥਾ ਕਥਾ ਉਹਨੂੰ ਕਹਿੰਦੇ ਹਨ ਕਿ ਜਿਹੜੀ ਸਾਨੂੰ ਉਸ ਪਰਮ ਪਿਤਾ ਪ੍ਰਮਾਤਮਾ ਅਕਾਲ ਪੁਰਖ ਦੇ ਨਾਲ ਜੋੜ ਦੇਵੇ ਜਿਸ ਨੂੰ ਸੁਣ ਕਰਕੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਸਕੀਏ ਹੁਣ ਸਾਡੇ ਪਰਮ ਸਤਕਾਰ ਯੋਗ ਪਰਮ ਸ਼ਿਰਧੇ ਆ ਅਨੰਤ ਸ੍ਰੀ ਵਿਭੂਸ਼ਿਤ ਪਰਿਵਰਾਜ ਕਾਚਾਰੀਆ ਨਿਰਮਲ ਪੇਖ ਸ਼੍ਰੋਮਣੀ ਸ੍ਰੀ ਮਾਨ ਸਾਹਿਬ ਜੀ ਮਹਾਰਾਜ ਦਰਸ਼ਨ ਦੇ ਰਹੇ ਹਨ ਆਓ ਉਹਨਾਂ ਦੇ ਸਤਕਾਰ ਦੇ ਵਿੱਚ ਇੱਕ ਜਕਾਰਾ ਛੱਡੀਏ ਬੋਲੇ ਸੋ ਨਿਹਾਲ ਪ੍ਰਵਚਨ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੋੜ ਦੇਣ ਉਸ ਨੂੰ ਕਥਾ ਕਿਹਾ ਜਾਂਦਾ ਹੈ ਨਵਤਾ ਭਗਤੀ ਦੇ ਵਿੱਚ ਕਥਾ ਦਾ ਦੂਸਰਾ ਸਥਾਨ ਹੈ ਜਿਸ ਤਰ੍ਹਾਂ ਸਾਨੂੰ ਇਤਿਹਾਸ ਦੇ ਵਿੱਚੋਂ ਦ੍ਰਿਸ਼ਟਾਂਤ ਮਿਲਦੇ ਹਨ ਰਾਜਾ ਪ੍ਰੀਕਸ਼ਿਤ ਅਤੇ ਸ਼੍ਰੀ ਦਸ਼ਮੇਸ਼ ਪਿਤਾ ਜੀ ਨੇ ਜੋ ਕਥਾ ਕਰਕੇ 48 ਸਿੱਖਾਂ ਨੂੰ ਦਮਦਮਾ ਸਾਹਿਬ ਵਿਖੇ ਸੁਣਾਈ ਜੋ ਕੇ ਕਥਾ ਸ਼ਰਵਣ ਦੁਆਰਾ ਮੁਕਤੀ ਨੂੰ ਪ੍ਰਾਪਤ ਹੋਏ ਹਨ ਆਦੀ ਦੇ ਜਿਨ੍ਹਾਂ ਨੇ ਕਥਾ ਸ਼ਰਵਣ ਕਰਕੇ ਦੁਆਰਾ ਮੁਕਤੀ ਪ੍ਰਾਪਤ ਕੀਤੀ ਜਿਵੇਂ ਜਿਵੇਂ ਜੀਵ ਕਥਾ ਸ਼ਰਵਣ ਕਰਦਾ ਹੈ ਓਵੇਂ ਓਵੇਂ ਉਸ ਦੇ ਅਗਿਆਨ ਦੇ ਪਰਦਿਆਂ ਦਾ ਨਾਸ਼ ਹੁੰਦਾ ਹੈ ਅਤੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਜਿਸ ਤਰ੍ਹਾਂ ਸੰਸਾਰ ਦੇ ਵਿੱਚ ਉਦਾਹਰਣ ਅਸੀਂ ਦੇਖਦੇ ਹਾਂ ਕਿ ਕਿਸੇ ਵਿਅਕਤੀ ਨੂੰ ਅਗਰ ਸੱਪ ਲੜ ਜਾਂਦਾ ਹੈ ਅਸੀਂ ਉਹਦੇ ਕੋਲ ਖੜਦੇ ਹਾਂ ਜਿਹੜਾ ਸੱਪ ਦਾ ਫਾਂਡਾ ਕਰਦਾ ਹੈ ਜਿਹੜਾ ਸੱਪ ਦਾ ਫਾਂਡਾ ਕਰਨ ਵਾਲਾ ਮੰਤਰ ਪੜ੍ਹਦਾ ਹੈ ਉਸ ਦੀ ਜ਼ਹਿਰ ਉਤਰ ਜਾਂਦੀ ਹੈ ਜਦੋਂ ਅਸੀਂ ਉਸ ਨੂੰ ਪੁੱਛਦੇ ਹਾਂ ਭਾਈ ਤੇਰੀ ਜ਼ਹਿਰ ਕਿਤਰਾ ਉਤਰੀ ਕਿਹੜਾ ਮੰਤਰ ਪੜ੍ਹਿਆ ਸੀ ਕਹਿੰਦਾ ਜੀ ਮੈਨੂੰ ਕੋਈ ਯਾਦ ਨਹੀਂ ਇਸੇ ਤਰ੍ਹਾਂ ਜਦੋਂ ਅਸੀਂ ਕਥਾ ਸਰਵਣ ਕਰਦੇ ਹਾਂ ਸਤਸੰਗ ਸਰਵਣ ਕਰਦੇ ਹਾਂ ਬੇਸ਼ੱਕ ਭਾਵੇਂ ਸਾਨੂੰ ਉਹ ਸ਼ਬਦ ਸਮਝ ਨਹੀਂ ਵੀ ਆਉਂਦੇ ਪਰ ਫਿਰ ਵੀ ਜਿਹੜੀ ਸਾਡੀ ਸੰਸਾਰ ਰੂਪੀ ਮਾਇਆ ਸੰਸਾਰ ਰੂਪੀ ਨਾਗਨ ਚੜੀ ਹੋਈ ਹੈ ਉਸ ਦੀ ਜਿਹੜੀ ਵਿਸ਼ ਹੈ ਜ਼ਹਿਰ ਹੈ ਉਹ ਉਤਰਨੀ ਸ਼ੁਰੂ ਹੋ ਜਾਂਦੀ ਹੈ ਜੀਵ ਦਾ ਜਿਹੜਾ ਹਿਰਦੇ ਹੈ ਉਹ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਸ਼ੁੱਧ ਹਿਰਦੇ ਦੁਆਰਾ ਅਸੀਂ ਮੁਕਤੀ ਨੂੰ ਪ੍ਰਾਪਤ ਕਰ ਜਾਂਦੇ ਹਾਂ ਇਸ ਪ੍ਰਕਾਰ अनेका ਹੀ ਮਹਾਪੁਰਸ਼ਾਂ ਨੇ ਲੜੀਵਰ ਕਥਾ ਮੌਖੀ ਕਥਾ ਕੀਤੀਆਂ ਸਮੇਂ ਦੇ ਸੰਕੋਚ ਕਰਕੇ ਮੈਂ ਸਾਰਿਆਂ ਦਾ ਉਲ্লেখ ਨਹੀਂ ਕਰ ਰਿਹਾ ਇਸੇ ਤਰ੍ਹਾਂ ਹੀ ਇਨ੍ਹਾਂ ਮਹਾਪੁਰਖਾਂ ਨੇ ਗੁਰਮੁਖੀ ਆਦੀ ਦਾ ਬਹੁਤ ਪ੍ਰਚਾਰ ਕੀਤਾ ਇਸ ਸੰਪਰਦਾਇਤ ਰਈ ਨੇ ਜਗਾ ਜਗਾ ਸਥਾਈਮਕ ਸਥਾਨ ਕਾਇਮ ਕਰਕੇ ਗੁਰਮੁਖੀ ਦਾ ਪ੍ਰਚਾਰ ਕੀਤਾ ਉਸ ਸਮੇਂ ਸਕੂਲ ਕਾਲਜ ਇੰਨੇ ਵਿਸਤਾਰ ਨਾਲ ਨਹੀਂ ਸਨ ਪੜਾਈ ਡੇਰੇ ਆਸ਼ਰਮ ਗੁਰੂਕੁਲਾਂ ਦੇ ਵਿੱਚ ਕਰਵਾਈ ਜਾਂਦੀ ਸੀ ਇਨ੍ਹਾਂ ਦਾ ਲਕਸ਼ ਗੁਰਮੁਖੀ ਲਿਪੀ ਦਾ ਪ੍ਰਚਾਰ ਕਰਨਾ ਸੀ ਗੁਰਮੁਖੀ ਲਿਪੀ ਦਾ ਪ੍ਰਚਾਰ ਪ੍ਰਸਾਰ ਸਾਰੇ ਵਿਸ਼ਵ ਦੇ ਵਿੱਚ ਇਨ੍ਹਾਂ ਸੰਪਰਦਾਇਤ ਰਈ ਨੇ ਫੈਲਾਇਆ ਹੈ ਅਤੇ ਇਹਨਾਂ ਸੰਪਰਦਾਇ ਤ੍ਰੈ ਨੇ ਸ਼ਾਸਤਰ ਅਰਥਾਂ ਦੇ ਦੁਆਰਾ ਵੀ ਅਨੇਕ ਪ੍ਰਕਾਰ ਦੇ ਵਿਦਵਾਨਾਂ ਨੂੰ ਪ੍ਰਾਸਤ ਕਰਕੇ ਗੁਰਮਤ ਨੂੰ ਸਥਾਪਿਤ ਕੀਤਾ ਹੈ। ਇਸੇ ਤਰ੍ਹਾਂ ਹੀ ਇਹਨਾਂ ਸੰਪਰਦਾਇ ਤ੍ਰੈ ਨੇ ਆਯੁਰਵੈਦ ਵਿਦਿਆ ਦੇ ਵਿੱਚ ਮਹਾਨ ਯੋਗਦਾਨ ਪਾਇਆ ਹੈ। ਇਹ ਸੰਪਰਦਾਇ ਤ੍ਰੈ ਦੇ ਸੰਤਾਂ ਮਹਾਤਮਾ ਨੇ ਆਯੁਰਵੈਦ ਦਾ ਬਹੁਤ ਵੱਡਾ ਪ੍ਰਚਾਰ ਕੀਤਾ ਹੈ। ਜਿਸ ਸਮੇਂ ਪਿੰਡਾਂ ਦੀ ਗੱਲ ਤਾਂ ਦੂਰ ਸ਼ਹਿਰਾਂ ਵਿੱਚ ਵੀ ਹਸਪਤਾਲ ਆਦਿ ਨਹੀਂ ਸਨ। ਉਸ ਸਮੇਂ ਇਹਨਾਂ ਸੰਤ ਲੋਕਾਂ ਨੇ ਪਿੰਡ-ਪਿੰਡ ਕੁਟੀਆਂ ਬਣਾ ਕਰਕੇ ਵਿਦਿਆਰਥੀਆਂ ਨੂੰ ਗੁਰਮਤਿ ਵਿੱਦਿਆ ਦੇ ਨਾਲ-ਨਾਲ ਆਯੁਰਵੇਦ ਦੀ ਵਿੱਦਿਆ ਦਿੰਦੇ ਸਨ ਅਤੇ ਖੁਦ ਪ੍ਰੈਕਟੀਕਲ ਕਰਵਾਉਂਦੇ ਸਨ ਨਾਲੇ ਇਲਾਕੇ ਦੀ ਸੰਗਤ ਨੂੰ ਦਵਾਈਆਂ ਫ੍ਰੀ ਵੰਡਦੇ ਸਨ ਵਿਅਕਤੀ ਨੂੰ ਮਾਨਸਿਕ ਰੋਗਾਂ ਦੀ ਨਿਵਰਤੀ ਤੋਂ ਪਹਿਲਾਂ ਸਰੀਰਿਕ ਰੋਗਾਂ ਦੀ ਨਿਵਰਤੀ ਦੀ ਜ਼ਰੂਰਤ ਹੈ ਜਿੱਥੇ ਸੰਤ ਲੋਕ ਜਗਿਆਸੂ ਨੂੰ ਅਧਿਆਤਮਿਕਤਾ ਸ਼ਿਖਰ ਤੱਕ ਪਹੁੰਚਾਉਂਦੇ ਸਨ ਉੱਥੇ ਨਾਲ-ਨਾਲ ਸ਼ਰੀਰ ਅਵਸਥਾ ਵੀ ਦਿੰਦੇ ਸਨ ਆਯੁਰਵੇਦ ਵਿਦਿਆ ਨੂੰ ਜੀਵਿਤ ਰੱਖਣ ਵਾਲੇ ਇਹ ਸੰਤ ਮਹਾਪੁਰਸ਼ ਹਨ ਜਿਸ ਤਰ੍ਹਾਂ ਪਰਮ ਸਤਕਾਰਯੋਗ ਸੰਤ ਬਾਬਾ ਗਣੇਸ਼ਾ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਯੁਰਵੇਦ ਤੇ ਅਨੇਕ ਗ੍ਰੰਥ ਵੀ ਲਿਖੇ ਹਨ ਜਿਹੜੇ ਸਰਵਪੱਖੀ ਵਿਦਵਾਨ ਸਨ ਅਤੇ ਉਹਨਾਂ ਨੇ ਆਜਰੂ ਵੈਦ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ ਹੈ अनेका ਹੀ ਉਹਨਾਂ ਨੇ ਵਿਦਿਆਰਥੀ ਸਖਿਆਰਥੀ ਤਿਆਰ ਕੀਤੇ ਜਿਹੜੇ ਇਸ ਟਾਈਮ ਵੀ ਆਜਰੂ ਵਿਦਿਆ ਦਾ ਪ੍ਰਚਾਰ ਕਰ ਰਹੇ ਹਨ ਜਿਨ੍ਹਾਂ ਵਿੱਚੋਂ ਸਾਡੇ ਪਰਮ ਸਤਕਾਰਯੋਗ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਬੈਠੇ ਹਨ ਜਿਹੜੇ ਉਹਨਾਂ ਦਾ ਹੀ ਰੂਪ ਹੈ ਜਿਨ੍ਹਾਂ ਨੇ ਆਪਣੇ ਸਾਰੇ ਜੀਵਨ ਦੇ ਵਿੱਚ ਇਹ ਨਿਯਮ ਬਣਾਇਆ ਹੋਇਆ ਹੈ ਕਿ ਆਏ ਹੋਏ ਰੋਗੀ ਨੂੰ ਜਿੱਥੇ ਅਸੀਂ ਗੁਰਮਤ ਦਾ ਪ੍ਰਚਾਰ ਕਰਦੇ ਹਾਂ ਬਾਕੀ ਸਾਰੇ ਕਾਰਜ ਕਰਦੇ ਹਾਂ ਵਿੱਚੋਂ ਸਮੇਂ ਦੇ ਅਨੁਸਾਰ ਰੋਗੀਆਂ ਨੂੰ ਦਵਾਈ ਵੀ ਦਿੰਦੇ ਹਨ ਇਸ ਪ੍ਰਕਾਰ ਅਨੇਕ ਸੰਤ ਮਹਾਪੁਰਸ਼ ਵਿਦਿਆਲਿਆਂ ਦੁਆਰਾ ਕੁਟੀਆਂ ਦੁਆਰਾ ਆਯੁਰਵੈਦ ਵਿਦਿਆ ਦਾ ਪ੍ਰਚਾਰ ਕਰਦੇ ਰਹੇ ਹਨ ਅਤੇ ਕਰ ਰਹੇ ਹਨ ਇਸੇ ਤਰ੍ਹਾਂ ਹੀ ਇਹ ਸੰਪਰਦਾਇਤ ਰਹੀ ਨੇ ਸਾਹਿਤਕ ਵਿੱਚ ਵੀ ਮਹਾਨ ਯੋਗ ਪਾਇਆ ਹੈ ਸੰਪਰਦਾਇਤ ਰਹੀ ਨੇ ਸਾਤ ਵੇਜੋ ਜੋ ਜੋ ਯੋਗਦਾਨ ਪਾਇਆ ਹੈ ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹ ਥੋੜੀ ਹੈ। ਅਨੇਕ ਗ੍ਰੰਥਾਂ ਦੀ ਰਚਨਾ ਕੀਤੀ ਗੁਰਬਾਣੀ ਦੇ ਟੀਕੇ, ਇਤਿਹਾਸ ਭਾਸ਼ਾ ਦੇ ਗ੍ਰੰਥ, ਵੇਦ, ਪ੍ਰਾਣ, ਦਰਸ਼ਨ, ਸ਼ਾਸਤਰ, ਕੋਸ਼ ਆਦਿ, ਆਯੁਰਵੇਦ ਆਦਿ ਅਨੇਕ ਹੀ ਵਿਸ਼ਿਆਂ ਉੱਪਰ ਅਨੇਕ ਹੀ ਗ੍ਰੰਥ, ਟੀਕੇ ਭਾਸ਼ਾ ਦੇ ਗ੍ਰੰਥ ਲਿਖੇ ਹਨ। ਇਹਨਾਂ ਦੇ ਅੰਦਰ ਸ੍ਰੀ ਗੁਰੂ ਦਸ਼ਮੇਸ਼ ਜੀ ਦੀ ਕਿਰਪਾ ਸਦਕਾ ਭਾਸ਼ਾ ਪ੍ਰਤੀ ਸੰਕਿਰਣਤਾ ਨਹੀਂ ਸੀ। ਇਸ ਲਈ ਪੰਜਾਬੀ ਹਿੰਦੀ ਬ੍ਰਿਜ ਭਾਸ਼ਾ ਸਾਧ ਭਾਸ਼ਾ ਸੰਸਕ੍ਰਿਤ ਗੁਜਰਾਤੀ ਸਿੰਧੀ ਆਦੀ ਭਾਸ਼ਾਵਾਂ ਵਿੱਚ ਗ੍ਰੰਥ ਲਿਖੇ ਹਨ ਸਾਰੀਆਂ ਭਾਸ਼ਾਵਾਂ ਵਿੱਚ ਲਿਖਦਿਆਂ ਹੋਇਆਂ ਇਹਨਾਂ ਦਾ ਮੁੱਖ ਨਿਸ਼ਾਨਾ ਸੀ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਨਾ ਜੋ ਬਹੁਤ ਖੁੱਲ੍ਹ ਦਲੀਲ ਨਾਲ ਕੀਤਾ ਹੈ ਅਤੇ ਕਰ ਰਹੇ ਹਨ ਇਹਨਾਂ ਦੀ ਜਿਹੜੀ ਸਮ ਦ੍ਰਿਸ਼ਟੀ ਦਾ ਸਦਕਾ ਗੁਰਮਤਿ ਦਾ ਪ੍ਰਚਾਰ ਸਾਰੇ ਵਿਸ਼ੇ ਵਿੱਚ ਫੈਲਿਆ ਹੈ ਪ੍ਰਮੁੱਖ ਲੇਖਕ ਕੁਸ਼ ਦਾਸ ਨੇ ਇੱਥੇ ਲਿਖੇ ਹਨ ਸਮੇਂ ਦੇ ਅਭਾਵ ਕਾਰਨ ਸਾਰਿਆਂ ਦਾ ਨਾਮ ਨਹੀਂ ਲੈ ਰਿਹਾ ਮੈਂ ਪੰਡਤ ਗੁਲਾਬ ਸਿੰਘ ਜੀ ਪੰਡਤ ਤਾਰਾ ਸਿੰਘ ਜੀ ਨਰੋਤਮ ਭਾਈ ਸੰਤੋਖ ਸਿੰਘ ਜੀ ਗਿਆਨੀ ਗਿਆਨ ਸਿੰਘ ਜੀ ਗਿਆਨੀ ਬਦਨ ਸਿੰਘ ਜੀ ਮਹੰਤ ਗਣੇਸ਼ਾ ਸਿੰਘ ਜੀ ਗਿਆਨੀ ਨਰੇਣ ਸਿੰਘ ਜੀ ਮਜੰਗਾ ਵਾਲੇ ਸਵਾਮੀ ਕੇਸ਼ਵਾਨੰਦ ਜੀ ਸਵਾਮੀ ਗੰਗੇਸ਼ਾਨੰਦ ਜੀ ਇਸ ਪ੍ਰਕਾਰ ਆਦੀ ਆਦੀ ਅਨੇਕ ਮਹਾਪੁਰਸ਼ਾਂ ਨੇ ਅਨੇਕ ਗ੍ਰੰਥ ਲਿਖੇ ਹਨ ਜੋ ਦਾਸ ਨੇ ਇੱਥੇ ਅੰਕਿਤ ਕੀਤੇ ਹਨ ਅਤੇ ਇਹਨਾਂ ਗ੍ਰੰਥਾਂ ਦੇ ਵਿੱਚ ਇਹਨਾਂ ਮਹਾਪੁਰਸ਼ਾਂ ਨੇ ਇੱਕ ਗ੍ਰੰਥ ਲਿਖਿਆ ਹੈ ਸਤੋਤਰ ਰਤਨਾਕਰ ਸੋ ਸਤੋਤਰਿਤ ਨਾ ਕਰਦੇ ਵਿੱਚ अनेका ਹੀ ਮਹਾਪੁਰਸ਼ਾਂ ਦੇ ਅਨੇਕ ਸਤੋਤਰ ਮਿਲਦੇ ਹਨ ਜੋ ਦਸਾਂ ਪਾਤਸ਼ਾਹਾਂ ਦੇ ਪ੍ਰਤੀ ਉਚਾਰਨ ਕੀਤੇ ਗਏ ਵੱਖਰੇ ਵੱਖਰੇ ਵੀ ਉਚਾਰਨ ਕੀਤੇ ਗਏ ਰੇ ਅਤੇ ਦਸਾਂ ਗੁਰੂਆਂ ਦਾ ਅਸ਼ਟਕ ਬਣਾ ਕੇ ਵੀ ਉਚਾਰਨ ਕੀਤੇ ਨਿਰਮਲ ਸੰਪਰਦਾਏ ਦੀ स्तुਤੀ ਦੇ ਵਿੱਚ ਉਚਾਰਨ ਕੀਤੇ ਉਦਾਸੀ ਸੰਪਰਦਾਏ ਦੀ स्तुਤੀ ਦੇ ਵਿੱਚ ਉਚਾਰਨ ਕੀਤੇ ਜਿਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਜੀ ਦੀ स्तुਤੀ ਦੇ ਵਿੱਚ ਇਹਨਾਂ ਉਚਾਰਨ ਕੀਤਾ ਹੈ कर्तारं सर्वलोकानां भर्तारं सर्वप्राणिनां हर्तारं सर्वविघ्नानाम् आशरे नानकं गुरु अयं कञ्जनेत्रं ददानं तुरीयं प्रसन्नं प्रपन्नार्तिहं सेव्यदेवं हरिं ज्ञानरूपं शुभं चित्प्रकाशे स्तुवे वेदवेद्यं गुरुं नानकं तम् ਅਾਦੀ ਇਸ ਤਰ੍ਹਾਂ ਇਸੇ ਤਰ੍ਹਾਂ ਹੀ ਦਸਾਂ ਗੁਰੂਆਂ ਦੇ ਵੀ ਅਸ਼ਟਕ ਉਚਾਰਣ ਕੀਤੇ ਹਨ ਅਤੇ ਇਸੇ ਤਰ੍ਹਾਂ ਨਿਰਮਲ ਸੰਪਰਦਾਏ ਦੇ ਅਤੇ ਉਦਾਸੀ ਸੰਪਰਦਾਏ ਦੀ ਉਸਤਤੀ ਦੇ ਵਿੱਚ ਅਨੇਕ ਛੋਤਤਰ ਉਚਾਰਣ ਕੀਤੇ ਹਨ ਜਿਸ ਦੇ ਵਿੱਚੋਂ ਦਾਸ ਨੇ ਇੱਥੇ ਕੁਝ ਅੰਕਿਤ ਕੀਤੇ ਹਨ ਅਤੇ ਨਾਲ ਪ੍ਰਯਤਨ ਕੀਤਾ ਹੈ ਕਿ ਇਸ ਨੂੰ ਭਾਸ਼ਾ ਇਸ ਦੀ ਮੈਂ ਗੁਰਮੁਖੀ ਰੱਖੀ ਹੈ ਕਿਉਂਕਿ ਪਹਿਲਾਂ ਵੀ ਮੈਂ ਜਿਹੜਾ ਲੇਖ ਪੜ੍ਹਿਆ ਸੀ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਉਸ ਦੇ ਵਿੱਚ ਜਿਹੜੇ ਮੇਰੇ ਸ਼ਲੋਕ ਸੀ ਉਹ ਸੰਸਕ੍ਰਿਤ ਦੇ ਵਿੱਚ ਸੀ ਤਾਂ ਕੁਝ ਵਿਦਵਾਨਾਂ ਨੇ ਕੁਝ ਲੋਕਾਂ ਨੇ ਮੈਨੂੰ ਕਿਹਾ ਕਿ ਉਹ ਸਾਨੂੰ ਪੰਜਾਬੀ ਦੇ ਵਿੱਚ ਲਿਖ ਕੇ ਦਿਓ ਜਿਸ ਦੇ ਵਿੱਚੋਂ ਗਿਆਨੀ ਕਿਰਪਾ ਸਿੰਘ ਜੀ ਇਕਬਾਦ ਸਿੰਘ ਜੀ ਮੀਰਾ ਕੋਟਿਆ ਵੀ ਬੈਠੇ ਹਨ ਉਹਨਾਂ ਨੇ ਵੀ ਦਾਸ ਨੂੰ ਕਿਹਾ ਸੀ ਕਿ ਇਹ ਸਾਨੂੰ ਪੰਜਾਬੀ ਦੇ ਵਿੱਚ ਚਾਹੀਦੇ ਹਨ ਇਸ ਵਾਸਤੇ ਦਾਸ ਨੇ ਉਹ ਪ੍ਰਯਤਨ ਕੀਤਾ ਹੈ ਕਿ ਇਸ ਨੂੰ ਗੁਰਮੁਖੀ ਦੇ ਵਿੱਚ ਲਿਖਿਆ ਹੈ ਪਰ ਗੁਰਮੁਖੀ ਦੇ ਵਿੱਚ ਅੱਧਾ ਅੱਖਰ ਬਹੁਤ ਘੱਟ ਮਿਲਦਾ ਹੈ ਇਸ ਵਾਸਤੇ ਜਿਹੜੀਆਂ ਸ਼ੁੱਧੀਆਂ ਅਸ਼ੁੱਧੀਆਂ ਹਨ ਉਸ ਦਾ ਥੋੜਾ ਵਿਸ਼ੇਸ਼ਤਾਂ ਰੱਖ ਲੈ ਧਿਆਨ ਰੱਖ ਲਿਆ ਜਾਵੇ ਇਨ੍ਹਾਂ ਸ਼ਬਦਾਂ ਦੇ ਨਾਲ ਹੀ ਮੈਂ ਸਾਰੇ ਸਤਿਪੁਰਸ਼ਾਂ ਮਹਾਂਪੁਰਸ਼ਾਂ ਦਾ ਧੰਨਵਾਦ ਕਰਦਿਆਂ ਵਿਸ਼ੇਸ਼ ਧੰਨਵਾਦ ਮੈਂ ਕਰਦਾ ਹਾਂ ਪਰਮ ਸਤਕਾਰ ਯੋਗ ਸੰਤ ਬਾਬਾ ਜੋਧ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ 30-35 ਸਾਲ ਤੋਂ ਇਸ ਬੰਧ ਪਈ ਪਰੰਪਰਾ ਨੂੰ ਫਿਰ ਤੋਂ ਚਾਲੂ ਕਰਕੇ ਸਾਨੂੰ ਜਾਗਰੂਕ ਕੀਤਾ ਹੈ ਅਤੇ ਇਹ ਸੰਪਰਦਾਵਾਂ ਇਹ ਜਿਹੜੀ ਸੈਮੀਨਾਰਾਂ ਦੀ ਪਰੰਪਰਾ ਹੈ ਉਸ ਨੂੰ ਅੱਗੇ ਚਲਾਇਆ ਹੈ ਅਤੇ ਉਸ ਦੇ ਵਿੱਚ ਸਤਿਕਾਰਯੋਗ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਨੇ ਉਸੇ ਪਰੰਪਰਾ ਨੂੰ ਅੱਗੇ ਚਲਾਉਂਦਿਆਂ ਹੋਇਆਂ ਪਟਿਆਲਾ ਯੂਨੀਵਰਸਿਟੀ ਸੈਮੀਨਾਰ ਕਰਾਇਆ ਡੇਰਾ ਦੋਨਵੀਂ ਸੈਮੀਨਾਰ ਹੋਏ ਅਤੇ ਅੱਜ ਪਰਮ ਸਤਿਕਾਰਯੋਗ ਸੰਤ ਬਾਬਾ ਅਮੀਰ ਸਿੰਘ ਜੀ ਮਹਾਰਾਜ ਜਿਹੜੇ ਪਰਉਪਕਾਰ ਦੀ ਚਲਦੀ ਫਿਰਦੀ ਇੱਕ ਮੂਰਤ ਹਨ ਉਹਨਾਂ ਨੇ ਇੱਕ ਮਹਾਨ ਉਪਰਾਲਾ ਕੀਤਾ ਹੈ ਕਿ ਅਸੀਂ ਜਿੱਥੇ ਇੱਕ ਇੱਕ ਵੱਖਰੀ ਵੱਖਰੀ ਸੰਪਰਦਾਇ ਤੇ ਸੈਮੀਨਾਰ ਕਰਦੇ ਸੀ ਅੱਜ ਸਾਨੂੰ ਸਾਰਿਆਂ ਨੂੰ ਇੱਕੇ ਜਗ੍ਹਾ ਇਕੱਠੀਆਂ ਕਰਕੇ ਗੁਰਮਤ ਵਿਚਾਰਾਂ ਕਰਨ ਦਾ ਅਵਸਰ ਦਿੱਤਾ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਸਤਰੀ ਯਾਅ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਅਗਰ ਕਿਸੇ ਨੇ ਕੋਈ ਪ੍ਰਸ਼ਨ ਕਰਨਾ ਹੈ ਤੇ ਉਹ ਪ੍ਰਸ਼ਨ ਕਰ ਸਕਦਾ ਉਹਨਾਂ ਦੇ ਪਤੀ ਇੱਕ ਪ੍ਰਸ਼ਨ ਹੈ ਕਿ ਉਦਾਸੀਆਂ ਨੂੰ ਚਾਰ ਧੂਣੇ ਤੇ 6 ਬਖਸ਼ਿਸ਼ਾਂ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੀਆਂ ਸਨ ਉਹਨਾਂ ਨੇ ਆਪਣੇ ਲੈਕਚਰ ਵਿੱਚ ਕਿਹਾ ਸਪਸ਼ਟ ਕਰਨ ਉਦਾਸੀ ਸੰਪਰਦਾਵਾਂ ਨੂੰ ਜਿਹੜੇ ਚਾਰ ਧੂਣੇ ਬਖਸ਼ੇ ਹਨ ਉਹ ਬਾਬਾ ਗੁਰਦਿੱਤਾ ਜੀ ਨੇ ਬਖਸ਼ੇ ਹਨ ਅਤੇ ਜਿਹੜੀਆਂ ਬਖਸ਼ਿਸ਼ਾਂ ਬਖਸ਼ੀਆਂ ਹਨ ਉਹ ਸਮੇਂ-ਸਮੇਂ ਤੇ ਗੁਰੂਆਂ ਨੇ ਵੱਖਰੇ-ਵੱਖਰੇ ਮੌਕੇ ਤੇ ਬਖਸ਼ੀਆਂ ਹਨ ਜਿਸ ਤਰ੍ਹਾਂ ਨਿਰਮਲੇ ਸੰਤਾਂ ਨੂੰ ਜਿਹੜੀਆਂ 10 ਬਖਸ਼ਿਸ਼ਾਂ ਬਖਸ਼ੀਆਂ ਹਨ ਉਹ ਵੱਖਰੇ-ਵੱਖਰੇ ਸਮੇਂ ਦੇ ਉੱਤੇ ਉਸ ਸਮੇਂ ਦੇ ਅਨੁਸਾਰ ਬਖਸ਼ੀਆਂ ਹਨ ਇਸੇ ਤਰ੍ਹਾਂ ਹੀ ਉਹ ਜਿਹੜੀਆਂ 6 ਬਖਸ਼ਿਸ਼ਾਂ ਹਾਂ ਉਹ ਗੁਰੂਆਂ ਦੇ ਦੁਆਰਾ ਸਮੇਂ-ਸਮੇਂ ਤੇ ਉਹਨਾਂ ਦੀ ਸੇਵਾਵਾਂ ਨੂੰ ਦੇਖਦੇ ਹੋਏ ਕੁਰਬਾਨੀਆਂ ਨੂੰ ਦੇਖਦੇ ਹੋਏ ਬਖਸ਼ੀਆਂ